mera vent mera vazifa zinda area bazaar da santa kalandar kibriya pe phadal puri kainat ch mere dadi ali tu wada ameer koi ek maulvi nu taqdeer gaana badaye ਕਲੰਦਰ ਪਾਕ ਦਮੋੜੇ ਲਾ ਕੇ ਲੈ ਕਲੰਦਰ ਤੂੰ ਜਵਾ ਦੇ ਨਹੀਂ ਤੂੰ ਵੱਡਾ ਅਮੀਰ ਕੋਈ ਨਹੀਂ ਸਾਈਂ ਫਰਮਾਨ ਨਲੀ ਅਮੀਰਾਂ ਦਾ ਅਮੀਰ ਮੌਲਿਆ ਦੇ ਕਲੰਦਰ ਤੈਨੂੰ ਪਤਾ ਨਹੀਂ ਸਿੰਧੀ ਦੋ ਦੋ ਹਜ਼ਾਰ ਮੁਰੱਬੇ ਦੇ ਮਾਲਕ ਸਿੰਧੀ ਦੋ ਦੋ ਹਜ਼ਾਰ ਮੁਰੱਬੇ ਦੇ ਮਾਲਕ ਸਿੰਧੀ ਦੋ ਦੋ ਹਜ਼ਾਰ ਮੁਰੱਬੇ ਦੇ ਮਾਲਕ ਕਲੰਦਰ ਫਰਮਾਨ ਖਬਰਦਾਰ ਉਹ ਮਾਲਕ ਨਹੀਂ ਉਹ ਮੁਜ਼ਰਨ ਮਾਲਕ ਮੌਲਵੀ ਨੂੰ ਚੱਕਰ ਆਇਆ ਹੈ ਮੌਲਵੀ ਯਾਦਾ ਹੈ ਕਲੰਦਰ ਜਾਂਦੇ ਬਾਰਾਂ ਕਿੱਲੇ ਜ਼ਮੀਨ ਦੇ ਹੋਏ ਸਲਾਮ ਮਰਜ਼ੀ ਨਾਲ ਲੈਂਦੇ ਸੂਰਜ ਚੜ੍ਹਦੇ ਮਾਸੂਮ ਛੁਪਾ ਲੈ
ਅਸੀਂ ਸਿਆਲ ਫਕੀਰ ਦੇ ਇਲਾਕੇ ਦੇ ਲੋਕ ਹੋ, ਅਹਿਮਦਪੁਰ ਦੇ ਇਲਾਕੇ ਦੇ ਲੋਕ ਹੋ, ਜਨਾਹ ਦੇ ਵਾਸੀ ਹੋ, ਕਾਇਨਾਤ ਆਲਮ ਵਿੱਚ ਅਲੀ ਉਹ ਮਿਹਰਬਾਨ ਹੈ ਜਿਸ ਦੀ ਤਾਰੀਫ ਕਰੋ ਤਾਂ ਵੀ ਰਿਜ਼ਕ ਮਿਲਦਾ ਹੈ, ਗਿਲਾ ਕਰੋ ਤਾਂ ਵੀ। ਤਾਰੀਫ ਕਰੋ ਇਹ ਤੁਹਾਡੀ ਆਪਣੀ ਮਰਜ਼ੀ, ਭਾਈ ਸ਼ਿਕਾਇਤ ਕਰਕੇ ਲਓ ਸ਼ਿਕਾਇਤ ਕਰ ਸਕੋ, ਪਾਕਿਸਤਾਨੀ ਕਰੰਸੀ ਨਹੀਂ ਰੱਖੀ, ਡਾਲਰ ਰੱਖੀ, ਨਾਨਕ ਮੁਨਾਫਿਕ। ਸਾਰੀਆਂ ਜ਼ਰੂਰਤਾਂ ਨੂੰ ਸ਼ਾਇਦ ਲੁਤਫ ਜਾਣਦਾ, ਮੇਰੀਆਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਅਲੀ ਜਾ ਸਰਦਾਰ ਹੁੰਦਾ ਹੀ ਹੈ ਜਿਹੜਾ ਬਗੈਰ ਮੰਗੇ ਤੁਸੀਂ। ਕਥਾ ਪੜ੍ਹੀਏ ਜੀ, ਹੈਦਰ ਕੇ ਮਦਾਰਕ ਕੋ ਘਟਾ ਦੇ ਵਾਲੇ ਸੁਨ ਅਲਮਤ ਮਾਸੂਮ ਛੁਪਾਨੇ ਵਾਲੇ ਇਮਰਾਨ ਅਲੈਹਿਸ ਸਲਾਮ ਕੇ ਬੇਟੇ ਕੋ ਮਲਾਇਕਾ ਵੀ ਨਾ ਸਮਝੀਏ
Oh,
ਅਜੇ
ਹਿੰਮਤਮਾਨ ਹੈ ਅਲੀ ਤੂੰ ਅਲੀ ਦੀ ਅੰਮਾ ਅਲੀ ਜਾਣਦੀ ਹੈ ਅਲੀ ਤੂੰ ਅਲੀ ਦੀ ਅੰਮਾ ਜਰਾ ਮੈਂ ਉਤਾਰੇ ਪੈਗੰਬਰ ਦੇ ਸੱਚੇ ਤਾਂ ਕੇ ਫਰਮਾ ਰਹੇ ਨੇ ਕਿਹੜੀ ਗੱਲ ਮੈਂ ਗਾਲੇ ਸਜਦਾ ਮਿਲੇ ਤੇਰੀ ਮਰਦ ਮਿੱਟੀ شفقت ملادا فرم اطراف عالم نوری نور
ਜ਼ਰਾ ਜ਼ਰਾ ਕਾਇਨਾਤ ਦਾ ਕਾਇਨਾਤਾਂ ਦੇ ਅੰਤਾਰੇ ਇਲਾਹੀ ਵਿੱਚ ਮਫਸੂਲ ਹੋ ਗਿਆ। ਸਹਿਰਾਵਾਂ ਵਿੱਚ ਨਸੀਂਗੇ ਸਹਿਰੀ ਦੇ ਝੋਂਕੇ ਚੜੇ, ਬਾਦ ਮੁਸਰਤ ਨੇ ਮਿਲ ਕੇ ਅਲੀ ਦੇ ਤਰਾਨੇ ਗਾਏ। پیغمبر اسلام اور جناب عمران کعبے چاہے جتنا رش ہے کعبے دے چوکے جتنا غدیر تے رش عرب ایک سب تو بڑے رش ہی بڑے ایک دیدار علی واسطے دوجا اقرار علی واسطے توجہ فرمار مین دروازے تے جناب ابو طالب رکے پیغمبر نے حکم دیتا جاؤ پیغمبر اسلام دے پاس ویکھ کے سبحان جناب ابو طالب نے فرمایا بیٹا محمد بھی چچا علی نے دے دیا رسول نے اپنی قیمتی امانت کائنات دے بہت بڑے امین دے دی لگیوں سطر میں پڑھنی تو قیمت وصول کرنا غیر حضر نبا گیا بڑی محنت کی تھی میں شیر سنان کے خاطر یہ سطر سننی تو سن مابی تھکے نہیں سطر یہ نہیں پڑھا لگا نا کلیجہ ٹھر میں علی نو ہتھ تے چال کے ظاہری زندگی دا پیدا دینے ظاہری زندگی ظاہری زندگی دا پیدا دینے انجے علی نو ہتھ تے چال کے جناب ابو طالب پر فرمائے دل علی آواز جی عرشیاں فرشیاں سنیاں سدڑ والا کون ہے بولن والا ایک مولا بولے آؤ ایک نل رسول بولے جناب عیسیٰ ایک ہستی ہور بولیے سناؤ لبیک یہ کس نے کہا سید کی صدا پر گہوارے میں دیکھو کہیں عیسیٰ تو نہیں عظیم مجمع ہے لبی سترہ میں پڑھا لگا قیمت وصول کر دی بڑے سنتے ہو چہرے میرے سامنے کیا زمین کرم علی جی جناب طالب فرماتے ہیں گھر نہ چلیے پیو دے اندر تے کرمٹ بدل کے امیر کائنات فرماتے ہیں بابا مسرم کا انتظار نہ کر لیں زمانے دامی پیو دے اندر تے کرمل بدل گیا تے کیڑی گل رنگا اے
ਕੇਵਲ ਬਦਲ ਕੇ ਪਿਆ ਦੇਣ ਸਾਰੇ
ਦਰਬਾਰ ਬੁਲਾਇਆ ਗਿਆ ਮੈਨੂੰ ਸਮਝ ਕੇ ਮਾਂ ਦੁਖੀ
ਜਦਾਂ ਘਰੋਂ ਨਿਕਲਦੇ ਠੀ ਨਾਲ ਪਿਆਰ ਕਰੇ ਨਮਾਜ਼ ਤੋਂ ਫੌਰਨ ਬਾਅਦ ਮਾਸੂਮਾਂ ਦੇ ਘਰਾਂ ਦੇ ਅੱਜ ਨਿਕਲਣ ਲੱਗੇ ਪਿਓ ਦੇ ਦਾਮਨ ਚ ਹੱਥ ਰੱਖੇ ਇਮਾਮ ਫਰਮਾਇਦੇ ਨੇ ਮੈਂ ਅੱਲਾਹ ਦਾ ਸਜਦਾ ਦੇ ਕੇ ਵਾਪਸ ਪਿਆਵਾਂ ਮੇਰੀ ਇੰਤਜ਼ਾਰ ਕਰ ਮੈਂ ਆਵੈ ਬਾਬਾ ਜਿਤਨੇ ਤੋੜੀ ਤੂੰ ਨਵਲ ਸੇ ਮੈਂ ਦਰਵਾਜ਼ੇ ਦੇ ਅੰਦਰ ਖਲੋ ਸੀ ਜਿਹੜੇ ਨੀਤ ਗਏ ਉਹ ਕਲਾ ਨਾ ਸੀ ਨਮਾਜ਼ ਮੇਰੇ ਇਮਾਮ ਸਲਾਮ ਬਲਾਇਆ ਹੈ ਕਾਸਦ ਨੇ ਖਤ ਦਿੱਤੇ ਇਮਾਮ ਫਰਮਾਇਆ ਲੈ ਵਾਂਗੂ ਆਪ ਮੇਰਾ ਇੰਤਜ਼ਾਰ ਕਰੇ ਮੈਂ ਆਵੈ ਸੀ ਬਾਬੇ ਇਮਾਮ ਨੇ ਇਮਾਮ ਮਸਜਿਦ ਨਿਕਲੇ ਦੀ ਇੰਤਜ਼ਾਰ ਪਈ ਕਰੇ ਦੀ ਜੋ ਬਾਬਾ ਮੇਰੇ ਘਰ ਆ ਬਸਤੀ ਸਿਆਲ ਫਕੀਰ ਦੇ ਲੋਕ ਮੈਨੂੰ ਕਸਮ ਏ ਰਸੂਲ ਦੇ ਪੁੱਤਰਾਂ ਦੀ ਜੀ ਵੇਦੀ ਰਹੀ ਹੈ ਉਸ ਐਨ ਅੱਗੇ ਲੱਗ ਮਾਂ ਕੋਲਾ ਕਿਆ ਦੀ ਅੰਮਾ ਭੁੱਲਣ ਵਾਲੀ ਮਾਂ ਦਾ ਪੁੱਤਰ ਆਈ ਦਰਵਾਜ਼ੇ ਤੋਂ ਲੰਘ ਗਿਆ ਹੈ ਭੈਣ ਦੇ ਬੂਹੇ ਤੇ ਵੱਜ ਖਲੋ ਮੇਰੇ ਭਰਾ ਭਤੀਜੇ
मेरे भाई मैं हुक्म पे देना दरबार च नहीं आऊं दरवाजे करो बंद दोबारा फरमाए मेरे बेरा मेरे पुत भतीजे मेरे भाई हुक्म पे देना अंदर नहीं आऊं तकरीर करके इमाम अंदर दाखिल होए दुनिया तो बात नसीब बंदे की इबादत लो जिवें हुसैन अंदर टुरिया है पीछे पीछे अब्बास भी टुर हुसैन मुड़ के दिखे फरमाने मैं जो मना कीता है अंदर ना वया है गाजी आ गए बिरावा दा आखिए पुत्रां दा आखिए भतीजे दा आखिए
ਹੁਣ ਹੈ ਨਾ ਤੇ ਰੋਜ਼ਾ ਰਸੂਲ ਦੇ ਪਾਸੇ ਵੇਖ ਕੇ ਰਾਜਿਆ ਦੇ ਕਿਹੜੀ ਗੱਲ ਨਾ ਮੇਰੀ ਵਸਦੀ ਨਗਰੀ